ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਪ ਵਰਕਰਾਂ ਨੇ ਗਿੱਲ ਨਹਿਰ ਤੇ ਲੱਡੂ ਵੰਡੇ। ਦੱਸ ਦਈਏ ਕਿ ਜਲੰਧਰ 'ਚ ਜ਼ਿਮਨੀ ਚੋਣ ਦੌਰਾਨ ਮਹਿੰਦਰ ਭਗਤ ਦੀ ਹੋਈ ਜਿੱਤ ਤੋਂ ਬਾਅਦ ਇਹ ਲੱਡੂ ਵੰਡੇ ਗਏ ਨੇ। ਉੱਧਰ ਵਿਧਾਇਕ ਕੁਲਵੰਤ ਸਿੱਧੂ ਨੇ ਇਸ ਜਿੱਤ ਦਾ ਤਾਜ ਮੁੱਖ ਮੰਤਰੀ ਮਾਨ ਦੇ ਸਿਰ ਬੰਨਿਆ। ਜਲੰਧਰ ਦੀ ਜਿਹੜੀ ਇਤਿਹਾਸਿਕ ਜਿੱਤ ਹੋਈ ਹੈ, ਮੈਂ ਸਮਝਦਾ ਵੀ ਜਲੰਧਰ ਦੇ ਲੋਕਾਂ ਨੇ ਇਸ ਗੱਲ ਦਾ ਜਿਹੜਾ ਪ੍ਰਮਾਣ ਦਿੱਤਾ ਕਿ ਅਸੀਂ ਸਾਫ਼ ਸੁਥਰੇ ਅਕਸ ਵਾਲੇ ਬੰਦੇ ਨੂੰ ਜਿਹੜਾ ਆਪਣਾ MLA ਜਾਂ MP ਬਣਾਉਣਾ ਪਸੰਦ ਕਰਦੇ ਹਾਂ। ਇੱਡੀ ਵੱਡੀ ਜਿੱਤ ਜਿਹੜੀ ਮਹਿੰਦਰ ਭਗਤ ਜੀ ਦੀ ਹੋਈ ਹੈ, ਇਹ ਉਹਨਾਂ ਦੇ ਪਰਿਵਾਰ ਦੀ ਕੀਤੀ ਸੇਵਾ ਅਤੇ ਇੱਕ ਨੇਕ ਆਚਰਣ ਦਾ ਜਿਹੜਾ ਉਹ ਲੋਕਾਂ ਨੇ ਸਾਬਤ ਕੀਤਾ, ਉਹਨਾਂ ਨੂੰ ਤੇ ਮੋਹਰ ਲਾਈ ਜਾਂਦੀ। ਲੱਗਦਾ ਜੀ ਕਿਤੇ ਨਾ ਕਿਤੇ 2-3 ਵਾਰ ਜਿਹੜੇ ਰਿਪਲੇਸਮੈਂਟ ਹੋਈ ਹੈ ਅਤੇ ਕਿਤੇ ਨਾ ਕਿਤੇ ਇਸ ਦੇ ਉੱਤੇ ਮੰਥਨ ਵੀ ਕਰਨਾ ਜ਼ਰੂਰੀ ਹੈ। ਦੇਖੋ, ਦਲ ਬਦਲਾਂ ਦੇ ਮੂੰਹ 'ਤੇ ਕਰਾਰੀ ਚਪੇੜ ਲਾਈ ਆ, ਉਹ ਲੋਕ ਕਿਸੇ ਦੀ ਤਾਂ ਕਾਰਨ ਹੁੰਦਾ ਵੀ ਜਿਵੇਂ ਕੋਈ MP ਚੁਣਿਆ ਗਿਆ ਉਹਨੇ ਅਸਤੀਫਾ ਦੇਤਾ ਕਿ ਕਿਉਂਕਿ MLA ਨੂੰ ਅਸਤੀਫਾ ਦੇਣਾ ਬਣਦਾ। ਇੱਕ ਆਪਣੇ ਮਤਲਬ ਲਈ ਚੰਦ ਰੁਪਈਆਂ ਦੀ ਖਾਤਰ ਜਾਂ ਚੰਦ ਅਹੁਦਿਆਂ ਦੇ ਲਾਲਚ ਵਿੱਚ ਆਪਣੀ ਪਾਰਟੀ ਬਦਲ ਲੈਣੀ ਅਤੇ ਪੰਜਾਬ ਦੀ ਜਨਤਾ ਦੇ ਖਜ਼ਾਨੇ ਦੇ ਉੱਤੇ ਬੋਝ ਪਾ ਦੇਣਾ ਚੋਣਾਂ ਦਾ, ਮੈਂ ਸਮਝਦਾ ਵੀ ਲੋਕਾਂ ਨੇ ਬਿਲਕੁਲ ਹੀ ਨਕਾਰ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਲੋਕਾਂ ਦਾ ਅਜਿਹਾ ਹੀ ਹਸ਼ਰ ਹੋਏਗਾ। ਕੁਛ ਉਹਨਾਂ ਨੇ ਜ਼ਿਕਰ ਕੀਤਾ ਸੀ, ਲੱਗਦਾ ਕਿ ਉਹਦਾ ਇੰਪੈਕਟ ਕਿਤੇ ਨਹੀਂ ਦੇਖਣ ਨੂੰ ਮਿਲਿਆ, ਜਿਵੇਂ ਆਡੀਓ ਦਾ ਜ਼ਿਕਰ ਕੀਤਾ ਉਹਨਾਂ ਨੇ। ਯਾਰ, ਆਡੀਓ ਮੈਂ ਕਹਿੰਦਾ ਵੀ ਇਹੋ ਜਿਹੀ ਲੱਖਾਂ ਖਾਲੀ ਜਿਹੜੀ ਵੀ ਹੈ ਪੈਨ ਡਰਾਈਵ ਲੋਕਾਂ ਦੀਆਂ ਦੁਕਾਨਾਂ 'ਚ ਪਈ ਹੈ, ਜੇ ਪੈਨ ਡਰਾਈਵ ਦੇ ਵਿੱਚ ਕੁਛ ਹੈਗਾ ਤਾਂ ਭਰਾਵਾ ਤੈਨੂੰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ, ਤੂੰ ਤਾਂ 5 ਤਰੀਕ ਕਹਿੰਦਾ ਸੀ, ਉਹ ਤਾਂ ਕਹਿੰਦੇ ਹੁਣੇ ਕੱਢ ਟਾਈਮ ਰੱਖ, ਜਿੱਥੇ ਕਹੇਗਾ ਮੈਂ ਆਉਣਾ ਨਾਲ ਆਉਣਾ ਅਤੇ ਚਲਾ ਲਿਆ ਪੈਨ ਡਰਾਈਵ। ਜਦੋਂ ਉਹਦੇ ਵਿੱਚ ਹੀ ਕੁਛ ਨਹੀਂ ਸੀ ਤਾਂ ਇੱਕੋ ਗਿੱਦੜ ਧਮਕੀ ਸੀ ਜਿਹਨੂੰ ਪੰਜਾਬ ਦੀ ਜਨਤਾ ਨੇ ਅਤੇ ਮੁੱਖ ਮੰਤਰੀ ਸਾਹਿਬ ਨੇ ਹਿੱਕ ਠੋਕ ਕੇ ਚੈਲੰਜ ਕੀਤਾ ਵੀ ਸਾਡਾ ਮੁੱਖ ਮੰਤਰੀ ਇੱਕ ਇਮਾਨਦਾਰ ਅਤੇ ਦੇਸ਼ ਭਗਤ ਟਾਈਪ ਜਿਹੜਾ ਇਨਸਾਨ ਹੈ, ਸਮੁੱਚਾ ਪੰਜਾਬ ਉਹਦੇ ਨਾਲ ਆ।